ਅਕਾਲ ਜੀ ਮੈਂ ਨਵਨੀਤ ਕੌਰ ਸੀਡਬਲਿਊਟੀ ਪ੍ਰਾਈਮ ਟੀਵੀ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦੀ ਹਾਂ। ਆਓ ਅੱਜ ਅਸੀਂ ਤੁਹਾਨੂੰ ਮਿਲਾਉਂਦੇ ਹਾਂ ਪਾਸੋ ਰੋਡ ਤੇ ਸਥਿਤ ਪਿੰਡ ਬਖਸ਼ੀਵਾਲਾ ਦੇ ਸਰਪੰਚ ਸਾਹਿਬ ਨਾਲ। ਸਤਿ ਸ਼੍ਰੀ ਅਕਾਲ ਸਰ। ਸਤਿ ਸ਼੍ਰੀ ਅਕਾਲ ਜੀ। ਸਰ ਤੁਹਾਡਾ ਨਾਮ? ਜਸਵਿੰਦਰ ਸਿੰਘ। ਹਾਂਜੀ ਸਰ, ਅਸੀਂ ਅੱਜ ਤੁਹਾਡੇ ਕੋਲ ਆਏ ਹਾਂ ਇਸ ਪਿੰਡ ਦੇ ਹਾਲਾਤਾਂ ਬਾਰੇ ਜਾਣੂ ਕਰਵਾਉਣ ਲਈ ਆਮ ਜਨਤਾ ਨੂੰ। ਸਰ ਤੁਹਾਡੇ ਪਿੰਡ ਦੇ ਹਾਲਾਤ ਇਸ ਕਰਫਿਊ ਦੌਰਾਨ, ਇਸ ਮਹਾਮਾਰੀ ਦੌਰਾਨ ਕਿਹੋ ਜਿਹੇ ਨੇ? ਸਾਡੇ ਪਿੰਡ ਦੇ ਹਾਲਾਤ ਬਹੁਤ ਵਧੀਆ ਨੇ। ਬਾਕੀ ਪਿੰਡ ਦੇ ਵਿੱਚ ਸਾਨੂੰ ਸਹਿਯੋਗ ਸਾਰੇ ਨੌ, ਜਿਹੜੀ ਪਿੰਡ ਦੀ ਜਿਹੜੀ ਪੰਚਾਇਤ ਆ ਉਹ ਵੀ ਸਾਡਾ ਪੂਰਾ ਸਾਥ ਦੇ ਰਹੀ ਹੈ, ਮੈਂਬਰ ਸਾਹਿਬਾਨ ਸਾਰੇ। ਅਤੇ ਅਸੀਂ ਸਭ ਨੂੰ ਇਹੀ ਸਹਿਯੋਗ ਦਿੱਤਾ ਹੈ ਵੀ ਜੋ ਭਿਆਨਕ ਵਾਰੀ ਕਰੋਨਾ ਚੱਲ ਰਹੀ ਹੈ ਉਹ ਆਪਣੇ ਘਰਾਂ ਵਿੱਚ ਹੀ ਰਹਿ ਕੇ ਉਸ ਦੀ ਆਪਾਂ ਨੂੰ ਹਰਾਇਆ ਜਾ ਸਕਦਾ। ਜੇ ਬਿਨਾਂ ਕੰਮ ਤੋਂ ਬਾਹਰ ਨਾ ਜਾਓ, ਜਿਹੜੇ ਬਜ਼ੁਰਗ ਨੇ ਆਪਣੇ ਘਰ ਵਿੱਚ ਹੀ ਰਹਿ ਕੇ ਆਪਣਾ ਸਿਹਤ ਦਾ ਧਿਆਨ ਰੱਖ ਸਕਦੇ ਨੇ। ਹਾਂਜੀ ਸਰ, ਅਸੀਂ ਨੂੰ ਕਿ ਤੁਸੀਂ ਆਪਣੇ ਘਰਾਂ ਵਿੱਚ ਰਹੋ, ਸੇਫ ਰਹੋ। ਕੀ ਸਰ ਜਿਹੜਾ ਲੋਕਡਾਊਨ ਆ ਇਸ ਦੌਰਾਨ ਤੁਹਾਡੇ ਜਿਹੜੇ ਪਿੰਡ ਦੇ ਨੌਜਵਾਨ ਜਾਂ ਜਿਹੜੀ ਦੂਸਰੇ ਲੋਕ ਨੇ ਉਹ ਸਾਰੇ ਇਸ ਕਰਫਿਊ ਦਾ ਪਾਲਣਾ ਕਰ ਰਹੇ ਨੇ? ਹਾਂਜੀ, ਸਾਰੇ ਨੌਜਵਾਨ ਪਾਲਣਾ ਕਰਦੇ ਨੇ। ਅਤੇ ਜੋ ਪਿੰਡ ਦੇ ਵਿੱਚ ਸਹੂਲਤ ਸਾਨੂੰ ਆਉਂਦੀ ਆ ਗੌਰਮੈਂਟ ਵੱਲੋਂ, ਅਸੀਂ ਸਾਰੇ ਪਿੰਡ ਦੇ ਵਿੱਚ ਰਲ ਮਿਲ ਕੇ ਸਾਰਾ ਉਹਨਾਂ ਦਾ ਸਹਿਯੋਗ ਦਿੰਦੇ ਹਾਂ। ਸਰ ਪ੍ਰਸ਼ਾਸਨ ਵੱਲੋਂ ਤੁਹਾਨੂੰ ਕਿਸ ਤਰ੍ਹਾਂ ਦੀਆਂ ਸਹੂਲਤਾਂ ਅਤੇ ਸਰਕਾਰ ਵੱਲੋਂ ਜਿਵੇਂ ਕਿ ਰਾਸ਼ਨ ਮੁਹੱਈਏ ਦੀ ਗੱਲ ਚੱਲ ਰਹੀ ਸੀ, ਕਿਸ ਤਰ੍ਹਾਂ ਕਿੰਨੀ ਜਨਤਾ ਨੂੰ ਜਿਹੜਾ ਰਾਸ਼ਨ ਹੈ ਤੁਹਾਡੇ ਵਿੱਚ ਪਿੰਡ ਵਿੱਚ ਪਹੁੰਚਿਆ ਹੈ? ਸਾਡੇ ਫਿਲਹਾਲ ਅੱਧੇ ਕੁ ਪਿੰਡ ਨੂੰ ਮਿਲ ਗਿਆ। ਕੁਛ ਰਹਿੰਦੇ ਨੇ ਜਿਹੜੇ ਨੂੰ ਜਿਵੇਂ ਜਿਵੇਂ ਆਈ ਜਾਂਦਾ ਉਸ ਮੁਤਾਬਕ ਅਸੀਂ ਵੰਡੀ ਜਾਂਦੇ ਹਾਂ। ਅਤੇ ਬਾਕੀ ਹੋਰ ਵੀ ਜੋ ਸਾਨੂੰ ਸਾਥ ਦੇ ਰਹੇ ਨੇ ਅਤੇ ਆਪਣਾ ਉਹ ਰਾਸ਼ਨ ਸਾਨੂੰ ਪਿੰਡ ਵਿੱਚ ਪਹੁੰਚਾਉਂਦੇ ਨੇ, ਅਸੀਂ ਉਸ ਪਿੰਡ ਨੂੰ ਰਾਸ਼ਨ ਵੰਡੀ ਜਾਂਦੇ ਸਭ ਘਰਾਂ 'ਚ। ਲੋੜਵੰਦਾਂ ਨੂੰ ਪਹਿਲ ਦਿੱਤੀ ਹੋਈ ਹੈ, ਵਿਧਵਾ ਅਤੇ ਅੰਗਹੀਣ ਅਤੇ ਜੋ ਜਿਨ੍ਹਾਂ ਦੇ ਨਰੇਗਾ ਦੇ ਵਿੱਚ ਕਾਰਡ ਚੱਲ ਰਹੇ ਨੇ ਉਹਨਾਂ ਨੂੰ ਸਹੂਲਤ 'ਚ 3,000 ਰੁਪਈਆ ਗੌਰਮੈਂਟ ਭੇਜੂਗੀ ਖਾਤੇ 'ਚ। ਅਤੇ ਬਾਕੀ ਜਿਨ੍ਹਾਂ ਦੀ ਲਾਲ ਕਾਪੀਆਂ ਬਣੀਆਂ ਹੋਈਆਂ ਉਹਨਾਂ ਨੂੰ 3,000 ਰੁਪਈਆ ਆ ਗਿਆ। ਅਤੇ ਬਾਕੀ ਅਸੀਂ ਬਾਕੀ ਸਹਿਯੋਗ ਸਾਰੇ ਰਲ ਮਿਲ ਕੇ ਦੇ ਰਹੇ, ਸਾਡੇ ਪੰਚਾਇਤ ਅਤੇ ਮੈਂਬਰ ਸਾਹਿਬਾਨ ਅਤੇ ਪਿੰਡ ਦੇ ਜਿਹੜੇ ਨੌਜਵਾਨ ਲੜਕੇ ਨੇ ਉਹ ਵੀ ਸਾਡਾ ਪੂਰਾ ਸਾਥ ਦੇ ਰਹੇ ਨੇ। ਠੀਕ ਹੈ ਸਰ, ਜਿਵੇਂ ਬੀਤੇ ਦਿਨ ਆਪਾਂ ਦੇਖਿਆ ਸੀ ਕਿ ਸੈਨੇਟਾਈਜ਼ਰ ਦੀ ਸਪਰੇਅ ਹਰ ਪਿੰਡਾਂ ਵਿੱਚ ਕਰਵਾਈ ਗਈ, ਲਾ ਕੇ ਸਾਰੇ ਪਿੰਡਾਂ 'ਚ ਸਪਰੇਅ ਕਰਵਾਈ ਹੈ। ਅਤੇ ਸਪਰੇਅ ਕਾਰਨ ਕਰਕੇ ਬਹੁਤ ਪਿੰਡ ਦੇ ਵੀ ਸਾਡਾ ਬਚਾਅ ਆ। ਠੀਕ ਹੈ ਸਰ। ਅਤੇ ਹਾਂਜੀ ਸਰ, ਬੀਤੇ ਦਿਨ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਤੁਹਾਡੇ ਨਾਲ ਲੱਗਦੇ ਪਟਿਆਲਾ ਸ਼ਹਿਰ ਦੇ ਵਿੱਚ 3 ਪੋਜ਼ਿਟਿਵ ਕਰੋਨਾ ਮਰੀਜ਼ ਪਾਏ ਗਏ ਨੇ, ਸੋ ਇਸ ਚੀਜ਼ ਨੂੰ ਮੱਦੇਨਜ਼ਰ ਰੱਖਦੇ ਹੋਏ ਤੁਸੀਂ ਕੁਛ ਆਪਣੇ ਵੱਲੋਂ ਖਾਸ ਪ੍ਰਬੰਧ ਕੀਤੇ ਨੇ? ਕਿਉਂਕਿ ਤੁਹਾਡਾ ਪਿੰਡ ਦੇਖਿਆ ਜਾਵੇ ਤਾਂ ਪਟਿਆਲਾ ਸ਼ਹਿਰ ਦੇ ਬਿਲਕੁਲ ਨਜ਼ਦੀਕ ਪਾਇਆ ਜਾਂਦਾ। ਹਾਂਜੀ, ਅਸੀਂ ਬਖਸ਼ੀਵਾਲ ਪਿੰਡ ਦੇ ਵਿੱਚ ਵੀ ਅਸੀਂ ਲੋਕਾਂ ਨੂੰ ਵੀ ਸਮਝਾਇਆ ਵੀ ਪਟਿਆਲੇ ਨੇੜੇ ਆ ਬਿਮਾਰੀ ਫੈਲ ਗਈ ਅਤੇ ਉਸ ਤੋਂ ਬਚਣ ਲਈ ਅਸੀਂ ਲੋਕਾਂ ਨੂੰ ਸਮਝਾ ਰਹੇ ਹਾਂ, ਲੋਕ ਸਮਝ ਵੀ ਰਹੇ ਨੇ ਅਤੇ ਅਸੀਂ ਪਿੰਡ ਦੇ ਵਿੱਚ ਪੂਰਾ ਧਿਆਨ ਰੱਖ ਰਹੇ ਹਾਂ ਅਤੇ ਵੀ ਅੱਗੇ ਸਾਡੇ ਕੋਲ ਇਹੋ ਜਿਹੀ ਬਿਮਾਰੀ ਵਾਲਾ ਕੋਈ, ਜਿਹੜੇ ਬੰਦੇ ਮਸ਼ੀਨਾਂ ਤੋਂ ਆਉਂਦੇ ਨੇ ਗੌਰਮੈਂਟ ਦੀ ਵੀ ਹਦਾਇਤ ਆ ਉਹਨਾਂ ਨੂੰ ਉਰੇ ਆਉਣ ਤੋਂ ਪਹਿਲਾਂ ਉਹਨਾਂ ਨੂੰ ਨਹਾ ਧੋ ਕੇ ਆਪਣੇ ਨਵੇਂ ਵਸਤਰ ਪਾ ਕੇ ਕਮਰੇ ਦੇ ਵਿੱਚ ਲੈਦਾ ਰੱਖਿਆ ਜਾਵੇ। ਅਤੇ ਅਸੀਂ ਵੀ ਅਪੀਲ ਸਭ ਨੂੰ ਇਹੀ ਕਰਦੇ ਹਾਂ, ਅਨਾਊਂਸਮੈਂਟ ਵੀ ਕਰਾਉਂਦੇ ਹਾਂ ਵੀ ਜਿਹੜੇ ਮਸ਼ੀਨਾਂ ਤੋਂ ਆਉਂਦੇ ਨੇ ਉਹ ਤੰਦਰੁਸਤ ਰਹਿਣ, ਅਸੀਂ ਤਾਂ ਇਹੀ ਚਾਹੁੰਦੇ ਹਾਂ। ਬਾਕੀ ਆਪਣੇ ਘਰਾਂ ਦੇ ਵਿੱਚ ਹੀ ਰਹਿ ਕੇ ਜਿਵੇਂ ਜਿਵੇਂ ਹਦਾਇਤ ਦਿੰਦੇ ਨੇ ਉਸ ਹਦਾਇਤ ਦੇ ਮੁਤਾਬਕ ਪਾਲਣਾ ਜ਼ਰੂਰ ਕਰਨਾ। ਸਰ ਜਿਵੇਂ ਕਿ ਹੁਣ ਅੱਜ ਤੁਹਾਨੂੰ ਪਤਾ ਹੈ ਕਿ 15 ਤਰੀਕ ਤੋਂ ਜੋ ਸਰਕਾਰ ਨੇ ਮੰਡੀਆਂ ਦੇ ਵਿੱਚ ਕਣਕ ਦੀ ਵਿਕਾਈ ਬਾਰੇ ਗੱਲ ਕੀਤੀ ਸੀ, ਸੋ ਕੁਛ ਪਾਸ ਸਿਸਟਮਾਂ ਦੀ ਸਰਕਾਰ ਨੇ ਗੱਲ ਕੀਤੀ ਸੀ, ਕਿ ਇਸ ਤਰ੍ਹਾਂ ਦੇ ਜੋ ਪ੍ਰਬੰਧ ਨੇ ਪਾਸ ਸਿਸਟਮ ਤੁਹਾਡੇ ਏਰੀਏ ਦੇ ਵਿੱਚ, ਕਿਉਂਕਿ ਤੁਹਾਡੇ ਪਿੰਡ ਦੇ ਵਿੱਚ ਖੁਦ ਵੀ ਇੱਕ ਅਨਾਜ ਮੰਡੀ ਹੈ, ਸੋ ਕੀ ਇਹ ਜਿਹੜਾ ਪਾਸ ਸਿਸਟਮ ਹੈ ਇਹ ਤੁਹਾਡੇ ਇੱਥੇ ਪੂਰਾ ਲਾਗੂ ਹੋ ਰਿਹਾ? ਸਾਡੇ ਲਾਗੂ ਹੋ ਰਿਹਾ ਜੀ, ਪਾਸ ਸਿਸਟਮ ਜੋ ਬਣਿਆ ਹੋਇਆ, ਜ਼ਿਮੀਂਦਾਰ ਵੀ ਆਪਣੇ ਵਾਰੀ ਵਾਰ ਸਿਰ ਲਿਆਉਂਦੇ ਆ ਅਤੇ ਜੋ ਜਿਣਸ ਲੈ ਕੇ ਆਉਂਦੇ ਨੇ ਟਰਾਲੀਆਂ ਦੇ ਵਿੱਚ, ਗੌਰਮੈਂਟ ਦੇ ਵੈਸੇ ਸਾਡੇ ਨੇ ਬੰਦੇ ਜੋ ਚੈੱਕ ਕਰਦੇ ਨੇ, ਉਸ ਤੋਂ ਇਲਾਵਾ ਅਸੀਂ ਆਪ ਖੁਦ ਜਾ ਕੇ ਵੀ ਮੰਡੀ ਦੇ ਵੀ ਗੇੜਾ ਮਾਰ ਕੇ ਆਪਣਾ ਸਿਸਟ ਪਿੰਡ ਦੇ ਵਿੱਚ ਮਾਹੌਲ ਠੀਕ ਰਹੇ ਉਹ ਅਸੀਂ ਜਾ ਕੇ ਚੈੱਕ ਜ਼ਰੂਰ ਕਰਦੇ ਹਾਂ। ਬਾਕੀ ਸਾਡੇ ਜਿਹੜੇ ਪਿੰਡ ਵਿੱਚ ਪੱਲੇਦਾਰ ਜਿਵੇਂ ਆਪਾਂ ਕਹਿ ਦਿੰਦੇ ਝਾੜ ਖਰੀਦਣੇ ਵਾਲੇ, ਉਹਨਾਂ ਨੂੰ ਅਸੀਂ ਪਰਮਿਸ਼ਨ ਤਾਂ ਦਿੱਤੀ ਅੱਜ, ਅਤੇ ਉਹਨਾਂ ਦਾ ਮੈਡੀਕਲ ਜੋ ਵੀ ਡਿਸਪੈਂਸਰੀ ਦੇ ਵਿੱਚ ਹੋਇਆ ਚੈੱਕਅਪ ਹੋਇਆ, ਉਸ ਤੋਂ ਇਲਾਵਾ ਫਿਰ ਅਸੀਂ ਉਹਨਾਂ ਨੂੰ ਬੈਠਣ ਦੀ ਪਰਮਿਸ਼ਨ ਦਿੱਤੀ ਹੈ। ਅਤੇ ਕਿੰਨੇ ਮੈਂਬਰ ਹੋ ਸਰ? ਅਸੀਂ 8 ਮੈਂਬਰ ਤੇ ਜੀ। ਤੇ ਤੁਹਾਡਾ ਸਾਰਿਆਂ ਦਾ ਟੈਸਟ ਹੋਇਆ? ਸਾਰਿਆਂ ਦਾ ਟੈਸਟ ਹੋਗਾ ਜੀ। ਹਾਂ ਜੀ। ਤੇ ਟੈਸਟ ਵਿੱਚ ਮਦਦ ਤੁਸੀਂ ਦੱਸ ਰਹੇ ਹੋ ਕਿ ਤੁਹਾਡੇ ਸਰਪੰਚ ਸਾਹਿਬ ਵੱਲੋਂ ਕੀਤੀ ਗਈ ਹੈ? ਸਰਪੰਚ ਸਾਹਿਬ ਵੱਲੋਂ ਕੀਤੇ ਨੇ ਜੀ। ਹਾਂ। ਤੇ ਟੈਸਟ ਤੁਹਾਡੇ ਕਿਵੇਂ ਆਏ ਨੇ? ਟੈਸਟ ਸਹੀ ਆਏ ਨੇ ਜੀ, ਬਿਲਕੁਲ ਸਹੀ ਆਏ ਨੇ ਜੀ। ਅੱਛਾ, ਤੁਸੀਂ ਟੈਸਟ ਦੀਆਂ ਰਿਪੋਰਟਸ ਲੈ ਕੇ ਹੀ ਇੱਥੇ ਆਏ ਹੋ? ਹਾਂ, ਟੈਸਟ ਦੀ ਰਿਪੋਰਟ ਲੈ ਕੇ ਇੱਥੇ ਬਹੁਤ ਬਹੁਤ ਬਖਸ਼ੀਵਾਲ ਦਾ ਪੰਚਾਇਤਦਾਰ ਸਰਪੰਚ ਦਾ ਧੰਨਵਾਦ ਕਰਦੇ ਹਾਂ ਸਾਨੂੰ ਮੰਡੀ 'ਚ ਵਾਰਿਆ ਜੀ। ਠੀਕ ਹੈ ਜੀ। ਸੋ ਤੁਹਾਡੇ ਕੋਲ ਹੁਣ ਇਸ ਟਾਈਮ ਇਹਨਾਂ ਕੋਲ ਮੈਡੀਕਲ ਹੈ ਜੀ, ਤਾਂ ਜੋ ਇਹ ਪਰਮਿਸ਼ਨ ਦਿੱਤੀ ਹੈ ਅਤੇ ਲਿਖਤੀ ਰੂਪ 'ਚ ਵੀ ਅਸੀਂ ਉਹਨਾਂ ਨੂੰ ਅਸੀਂ ਬੈਠਣ ਦੀ ਇਜਾਜ਼ਤ ਦੇਵਾਂਗੇ।
ਠੀਕ ਹੈ ਸਰ ਤੇ ਜਿਵੇਂ ਤੁਸੀਂ ਹੁਣੇ ਹੀ ਪਹਿਲਾਂ ਦੱਸਿਆ ਕਿ ਜੋ ਕੰਬਾਈਨਾਂ ਤੋਂ ਮਸ਼ੀਨਾਂ ਤੋਂ ਜੋ ਵੀਰ ਆ ਰਹੇ ਨੇ ਸੋ ਉਹਨਾਂ ਨੂੰ ਪਹਿਲਾਂ ਹੀ ਮਤਲਬ ਕਿ ਇੱਕ ਮੈਡੀਕਲ ਚੈੱਕਅਪ ਕਰਾਉਣਾ ਚਾਹੀਦਾ ਹੈ ਕੁਝ ਉਸ ਮੈਡੀਕਲ ਚੈੱਕਅਪ ਦੇ ਲਈ ਤੁਸੀਂ ਕੁਝ ਪਿੰਡ ਵੱਲੋਂ ਪ੍ਰਬੰਧ ਕੀਤੇ ਨੇ ਕਿ ਉਹ ਕਿੱਥੇ ਜਾ ਕੇ ਆਪਣਾ ਚੈੱਕਅਪ ਕਰਾ ਸਕਣ ਜਾਂ ਤੁਹਾਡੇ ਪਟਿਆਲਾ ਸ਼ਹਿਰ ਦੇ ਵਿੱਚ ਕੋਈ ਇਸ ਤਰ੍ਹਾਂ ਦੀ ਸਹੂਲਤ ਉਹਨਾਂ ਵਾਸਤੇ ਹੈ ਨਹੀਂ ਅਸੀਂ ਪਿੰਡ ਵਿੱਚ ਉਹਨਾਂ ਨੂੰ ਸਹੂਲਤ ਇਹੀ ਦਿੱਤੀ ਹੋਈ ਹੈ ਜੇ ਤੁਹਾਡੇ ਘਰ ਦੇ ਵਿੱਚ ਜਗ੍ਹਾ ਹੈਗੀ ਹੈ ਕਮਰਾ ਹੈਗੇ ਨੇ ਤਾਂ ਤੁਸੀਂ ਉਸ ਵਿੱਚ ਰਹਿ ਸਕਦੇ ਹੋ ਤੁਸੀਂ ਆਪਣਾ ਅਲੱਗ ਜੇ ਤੁਹਾਡੇ ਕੋਲ ਨਹੀਂ ਸਹੂਲਤ ਹੈਗੀ ਉਹ ਸਾਨੂੰ ਦੱਸੋ ਅਸੀਂ ਉਸ ਦੇ ਮੁਤਾਬਕ ਆਪਣੇ ਇੰਤਜ਼ਾਮ ਕਰਾਂਗੇ ਬਿਲਕੁਲ ਇਹਨਾਂ ਦਾ ਕਹਿਣਾ ਹੈ ਕਿ ਜੋ ਆਈਸੋਲੇਟ ਕਰਨ ਦੀ ਇੱਕ ਆਪਣੇ ਹੈ ਕਿ ਇਸ ਬਿਮਾਰੀ ਤੋਂ ਬਚਣ ਲਈ ਆਈਸੋਲੇਟ ਕਰਨਾ ਚਾਹੀਦਾ ਆਪਣੇ ਆਪ ਤੋਂ ਜੋ ਘਰੋਂ ਬਾਹਰ ਆ ਰਿਹਾ ਜਾਂ ਕਿਸੇ ਅਦਰ ਸਟੇਟ ਤੋਂ ਆ ਰਿਹਾ ਸੋ ਸਰਪੰਚ ਸਾਹਿਬ ਵੱਲੋਂ ਇਹ ਕਿਹਾ ਗਿਆ ਕਿ ਜੋ ਲੋਕ ਬਾਹਰੋਂ ਆਉਣਗੇ ਜੇ ਤਾਂ ਉਹਨਾਂ ਦੇ ਕੋਲ ਘਰਾਂ ਦੇ ਵਿੱਚ ਖੁਦ ਆਈਸੋਲੇਟ ਰੂਮ ਕਰਨ ਵਾਸਤੇ ਸੈਪਰੇਟ ਰੂਮ ਨੇ ਤਾਂ ਸਹੀ ਹੈ ਨਹੀਂ ਤਾਂ ਆਪਣੇ ਵੱਲੋਂ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਦਾ ਜਿਹੜਾ ਪ੍ਰਬੰਧ ਹੈ ਕਰਕੇ ਦੇਣਗੇ ਹਾਂਜੀ ਹਾਂਜੀ ਇਹ ਜ਼ਰੂਰ ਅਸੀਂ ਕਰਕੇ ਦੇਵਾਂਗੇ ਬਾਕੀ ਅਸੀਂ ਜਿੰਨੀਆਂ ਵੀ ਮਸ਼ੀਨਾਂ ਵਾਲੇ ਜਾਂ ਰੀਪਰਾਂ ਵਾਲੇ ਆਉਂਦੇ ਨੇ ਉਹਨਾਂ ਨੂੰ ਵੀ ਇਹੀ ਦੇ ਦਿੱਤੀ ਹੈ ਸੈਨੋਲਾਈਟ ਜਿਹੜੀ ਸਪਰੇਅ ਕਰਕੇ ਤੇ ਆਪਣੇ ਟਰਾਲੀਆਂ ਨੂੰ ਟਰੈਕਟਰ ਨੂੰ ਤਾਂ ਅੱਗੇ ਵਰਤੋਂ ਕਰੋ ਠੀਕ ਹੈ ਸਰ ਤੇ ਤੁਹਾਡਾ ਕੀ ਮੰਨਣਾ ਹੈ ਕਿ ਜੋ ਤੁਹਾਡਾ ਪਿੰਡ ਹੈ ਇਸ ਟਾਈਮ ਪ੍ਰੋਪਰ ਸੇਫ ਹੈ ਤੇ ਜੋ ਹਰ ਇੱਕ ਪਰਿਵਾਰ ਹੈ ਉਹ ਭੁੱਖਾ ਪਰਿਵਾਰ ਕੋਈ ਵੀ ਨਹੀਂ ਸੋ ਰਿਹਾ ਸਭ ਨੂੰ ਰਾਸ਼ਨ ਮੁਹੱਈਆ ਕਰਵਾਇਆ ਗਿਆ ਸਰਕਾਰ ਵੱਲੋਂ ਸਰਕਾਰ ਵੱਲੋਂ ਸਭ ਨੂੰ ਰਾਸ਼ਨ ਕਰਾਇਆ ਗਿਆ ਕੁਝ ਰਹਿੰਦੇ ਨੇ ਤੇ ਜਿਹੜੇ ਰਹਿੰਦੇ ਨੇ ਅਸੀਂ ਉਹਨੂੰ ਆਪਣੀ ਸਰਕਾਰ ਨੂੰ ਅਪੀਲ ਕਰਦੇ ਹਾਂ ਤੇ ਵੀ ਉਹਨਾਂ ਦਾ ਰਾਸ਼ਨ ਜਲਦੀ ਜਲਦੀ ਭੇਜਿਆ ਜਾਵੇ ਤੇ ਅਸੀਂ ਉਹਨਾਂ ਨੂੰ ਅੱਗੇ ਹੋਰ ਆਪਣਾ ਵੰਡੀਏ ਸਰ ਜੋ ਤੁਸੀਂ ਪੂਰੀ ਡਿਪੈਂਡੈਂਸੀ ਸਰਕਾਰ ਦੇ ਉੱਤੇ ਰੱਖ ਰਹੇ ਹੋ ਜਾਂ ਤੁਸੀਂ ਕੋਈ ਆਪਣੇ ਤੌਰ ਤੇ ਜਾਂ ਤੁਹਾਡੇ ਪਿੰਡ ਦੇ ਨੌਜਵਾਨ ਜਾਂ ਕੁਝ ਜੋ ਹੋਰ ਦਾਨੀ ਸੱਜਣ ਨੇ ਉਹ ਕੋਈ ਕਿਸ ਤਰ੍ਹਾਂ ਦੀ ਸਹਾਇਤਾ ਤੁਹਾਡੇ ਪਿੰਡ ਦੇ ਵਿੱਚ ਪਹੁੰਚੀ ਹੈ ਦਾਨੀ ਸੱਜਣਾਂ ਨੇ ਵੀ ਸਹਾਇਤਾ ਸਾਡੇ ਕੋਲ ਪਹੁੰਚ ਰਹੀ ਹੈ ਤੇ ਜੋ ਦਾਨ ਕਰਦੇ ਨੇ ਅਸੀਂ ਉਹਨੂੰ ਉਹੀ ਨਾਲ ਦੀ ਨਾਲ ਅਸੀਂ ਪਿੰਡ ਦੇ ਵਿੱਚ ਜਿਹੜੇ ਬੰਦੇ ਲੋੜਵੰਦ ਨੇ ਅਸੀਂ ਉਹਨਾਂ ਨੂੰ ਪਹਿਲ ਦੇ ਆਧਾਰ ਤੇ ਦਿੰਦੇ ਹਾਂ ਤੇ ਬਾਕੀ ਸਰਕਾਰ ਵੱਲੋਂ ਵੀ ਉਮੀਦ ਕਰਦੇ ਹਾਂ ਵੀ ਸਾਡੇ ਕੋਲ ਰਾਸ਼ਨ ਹੋਰ ਪਹੁੰਚੂਗਾ ਤੇ ਉਹ ਅਸੀਂ ਉਹਨਾਂ ਦੇ ਘਰਾਂ ਦੇ ਵਿੱਚ ਪਹੁੰਚਾਉਣ ਦੀ ਜ਼ਰੂਰ ਕੋਸ਼ਿਸ਼ ਕਰਾਂਗੇ ਇੱਕ ਹੋਰ ਅੱਜ ਬੇਨਤੀ ਆਪਣੀ ਜਿਹੜੀਆਂ ਬੁਢਾਪਾ ਪੈਨਸ਼ਨਾਂ ਨੇ ਵਿਧਵਾ ਪੈਨਸ਼ਨਾਂ ਨੇ ਅਤੇ ਬੈਂਕ ਦੇ ਵਿੱਚ ਉਹ ਸਾਡੇ ਵਿੱਚ ਜਿੰਮੇ ਲਾਈਆਂ ਗਈਆਂ ਨੇ ਵੀ ਤੁਸੀਂ ਉਹਨਾਂ ਦੇ ਕਾਪੀਆਂ ਲੈ ਕੇ ਸਾਇਨ ਅੰਗੂਠਾ ਲਵਾ ਕੇ ਉਹਨਾਂ ਦੇ ਘਰ ਘਰ ਵਿੱਚ ਦੇ ਕੇ ਆਓ ਅਸੀਂ ਉਹ ਵੀ ਪੰਚਾਇਤ ਦੇ ਸਾਰੇ ਨਾਲ ਸਾਰਾ ਰਲ ਮਿਲ ਕੇ ਘਰ ਘਰ ਵਿੱਚ ਜਾ ਕੇ ਬੁਢਾਪਾ ਪੈਨਸ਼ਨਾਂ ਦਿੱਤੀਆਂ ਨੇ ਠੀਕ ਹੈ ਸਰ ਤੇ ਤੁਸੀਂ ਇਸ ਮਹਾਮਾਰੀ ਨਾਲ ਪੂਰੀ ਜੋਰਾਂ ਨਾਲ ਲੜ ਰਹੇ ਹੋ ਤੇ ਆਪਣੇ ਪੂਰੇ ਪਿੰਡ ਨੂੰ ਸਹਿਯੋਗ ਦੇ ਰਹੇ ਹੋ ਸੋ ਤੁਸੀਂ ਅੰਤ ਵਿੱਚ ਕੀ ਕਹਿਣਾ ਚਾਹੋਗੇ ਆਪਣੇ ਆਮ ਜਨਤਾ ਨੂੰ ਕਿ ਤੁਸੀਂ ਕੀ ਮੈਸੇਜ ਦੇਣਾ ਚਾਹੁੰਦੇ ਹੋ ਅਸੀਂ ਆਪਣੀ ਜਨਤਾ ਨੂੰ ਇਹੀ ਮੈਸੇਜ ਦਿੰਦੇ ਹਾਂ ਭੈਣ ਭਾਈਆਂ ਨੂੰ ਵੀ ਆਪਣੇ ਘਰਾਂ ਵਿੱਚ ਹੀ ਰਹਿ ਕੇ ਤੇ ਬਿਮਾਰੀ ਦਾ ਹੱਲ ਦੂਰ ਕੀਤਾ ਜਾ ਸਕਦਾ ਜੇ ਆਪਾਂ ਫਿਰ ਤੁਰ ਕੇ ਸੜਕਾਂ 'ਤੇ ਫਿਰੀ ਜਾਵਾਂਗੇ ਉਸ ਨਾਲ ਕੋਈ ਬਿਮਾਰੀ ਦਾ ਹੱਲ ਨਹੀਂ ਹੁੰਦਾ ਅਤੇ ਘਰ ਵਿੱਚ ਹੀ ਰਹਿ ਕੇ ਇਸ ਤੋਂ ਬਚਿਆ ਜਾਂਦਾ ਇਹਦਾ ਇਲਾਜ ਕੋਈ ਨਹੀਂ ਹੈਗਾ ਅਤੇ ਲੋਕਡਾਊਨ ਜੋ ਕਰਿਆ ਹੋਇਆ ਗੌਰਮੈਂਟ ਨੇ ਉਹਦੇ ਪਾਲਣਾ ਜ਼ਰੂਰ ਕਰਨ ਅਤੇ ਸਾਡੀ ਵੀ ਇਹੀ ਅਪੀਲ ਆ ਵੀ ਸਾਰੇ ਖੁਸ਼ਹਾਲ ਰਹਿਣ ਠੀਕ ਹੈ ਜੀ ਧੰਨਵਾਦ ਸਰ ਬਲਵੀਰ ਕੌਰ ਜੀ ਹਾਂਜੀ ਮੈਮ ਤੁਸੀਂ ਕੀ ਆਮ ਜਨਤਾ ਨੂੰ ਮੈਸੇਜ ਦੇਣਾ ਚਾਹੁੰਦੇ ਹੋ ਇਸ ਮਹਾਮਾਰੀ ਬਾਰੇ ਇਸ ਮਹਾਮਾਰੀ ਅਸੀਂ ਇਹੀ ਕਹਿ ਰਹੇ ਹਾਂ ਜੀ ਵੀ ਆਪਣੇ ਘਰਾਂ 'ਚ ਰਹਿ ਕੇ ਆਪਣਾ ਇਲਾਜ ਹੋ ਸਕਦਾ ਬਾਹਰ ਕੋਈ ਇਲਾਜ ਨਹੀਂ ਇਹਦਾ ਹੈਗਾ ਵੀ ਆਪਣੇ ਬੱਚਿਆਂ ਨੂੰ ਵੀ ਸੇਫ ਰੱਖੋ ਅਤੇ ਆਪਣੇ ਹੋਰ ਪਰਿਵਾਰ ਨੂੰ ਵੀ ਰੱਖੋ ਅਤੇ ਦੇਸ਼ ਨੂੰ ਵੀ ਰੱਖੋ ਬਿਲਕੁਲ ਜੀ ਇਹਨਾਂ ਦਾ ਮੈਸੇਜ ਬਹੁਤ ਵਧੀਆ ਹੈ ਕਿ ਆਪਣੇ ਆਪ ਨੂੰ ਬਚਾਓ ਤਾਂ ਹੀ ਤੁਸੀਂ ਆਪਣੇ ਕੱਲ੍ਹ ਨੂੰ ਬਚਾ ਸਕਦੇ ਹੋ ਆਪਣੇ ਆਪ ਨੂੰ ਬਚਾਓ ਆਪਣੇ ਪਿੰਡ ਸ਼ਹਿਰ ਤੇ ਵੱਧਦੇ ਵੱਧਦੇ ਆਪਣੇ ਦੇਸ਼ ਨੂੰ ਵੀ ਬਚਾਓ ਧੰਨਵਾਦ